ਮੈਂ ਤਾਂ ਇੱਕੋ ਗੱਲ ਕਹੂੰਗਾ, ਜਦੋਂ ਦਾ ਭਾਰਤ ਦੇਸ਼ ਆਜ਼ਾਦ ਹੋਇਆ, ਆਜ਼ਾਦ ਦੇਸ਼ ਦੇ ਵਿੱਚ ਪਹਿਲੀ ਵਾਰ ਆਇਆ ਕਿ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਉਹਨੂੰ ਫੜ ਕੇ ਜੇਲ੍ਹ 'ਚ ਬੰਦ ਕਰਤਾ ਜੀ। ਲੋਕ ਸਿਆਣੇ ਨੇ, ਸਭ ਪਤਾ ਉਹਨਾਂ ਨੂੰ। ਹੁਣ ਕੀ ਦੇਖਦੇ ਹੋ ਅੱਗੇ ਲੋਕ ਸਭਾ ਚੋਣਾਂ ਦਾ ਐਲਾਨ ਹੋ ਗਿਆ ਅਤੇ ਤੁਹਾਨੂੰ ਲੱਗਦਾ ਕਿ ਗ੍ਰਿਫਤਾਰੀ, ਉਹ ਕਹਿੰਦੇ ਬੀਜੇਪੀ ਵਾਲੇ ਕਾਊਂਟਰ ਅਟੈਕ ਕਰ ਰਹੇ ਨੇ, ਕਹਿੰਦੇ ਪੂਰੇ ਸਬੂਤਾਂ ਤਹਿਤ ਈਡੀ ਨੇ ਫੜਿਆ। ਦੇਸ਼ 'ਚ ਬੜਾ ਕੁਛ ਹੋਇਆ ਪਹਿਲਾਂ ਜੀ, ਬਹੁਤ ਵੱਡੇ ਵੱਡੇ ਘਪਲੇ ਨੇ ਜੀ, ਉਹ ਕਿੱਥੇ ਆ ਮਾਮਲੇ ਸਾਰੇ, ਉਹ ਬੰਦ ਪਏ ਨੇ ਸਾਰੇ ਜੀ, ਇਹ ਇਲੈਕਸ਼ਨ ਕਰਕੇ ਹੀ ਸਾਰਾ ਕੁਛ। ਤੇ ਤੁਹਾਨੂੰ ਲੱਗਦਾ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਨੂੰ ਨੁਕਸਾਨ ਹੁੰਦਾ ਪਰ ਆਮ ਆਦਮੀ ਪਾਰਟੀ? ਇਹ ਲੋਕ ਦੱਸਣਗੇ, ਲੋਕਤੰਤਰ 'ਚ ਲੋਕ ਵੱਡੇ ਹੁੰਦੇ ਆ, ਲੋਕਾਂ ਨੇ ਫੈਸਲਾ ਕਰਨਾ। ਜਿਸ ਤਰ੍ਹਾਂ ਇਕੱਠ ਤੁਸੀਂ ਦੇਖਦੇ ਹੋ ਆਹ ਵਰਕਰ ਆਏ ਨੇ, ਕੀ ਤੁਹਾਨੂੰ ਮੈਸੇਜ ਲੱਗਦਾ ਇਹਦੇ ਵਿੱਚ? ਦੇਖੋ, ਵਲੰਟੀਅਰ ਦੇ ਵਿੱਚ ਰੋਸ ਹੈ ਇਸ ਗੱਲ ਦਾ ਜੀ, ਵਲੰਟੀਅਰ ਦੁਖੀ ਨੇ ਸਾਰੇ, ਇਸ ਕਰਕੇ ਆਪਣੇ ਪ੍ਰੋਟੈਸਟ ਕਰ ਰਹੇ ਨੇ, ਇਸ ਕਰਕੇ ਪ੍ਰੋਟੈਸਟ ਕਰ ਰਹੇ ਜੀ। ਬਿਲਕੁਲ, ਇਹ ਮਾਨ ਜੀ ਸਪਸ਼ਟ ਤੌਰ ਤੇ ਕਹਿੰਦੇ ਲੋਕਾਂ ਦੇ ਵਿੱਚ ਰੋਸ ਆ, ਵਲੰਟੀਅਰ ਨੇ, ਇਹਨਾਂ ਰੋਸ ਕਰਕੇ ਅੱਜ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਰਕਰ ਨੇ ਉਹ ਪਹੁੰਚੇ ਨੇ, ਜਿੱਥੇ ਤੱਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਜਿਹੜਾ ਹੁਣ ਪੈਦਲ ਮਾਰਚ ਆ ਜਿਹੜਾ ਚੰਡੀਗੜ੍ਹ ਨੂੰ ਜਿਹੜਾ ਕੂਚ ਆ ਜਿਹੜਾ ਉਹ ਤੁਰ ਰਿਹਾ ਹੈ ਅਤੇ ਵਿਰੋਧ ਸਪਸ਼ਟ ਤੌਰ 'ਤੇ ਜਿਹੜਾ ਗ੍ਰਿਫਤਾਰੀ ਦਾ ਕੀਤਾ ਜਾ ਰਿਹਾ। ਜਿਸ ਤਰ੍ਹਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਅੱਜ ਵਲੰਟੀਅਰ ਪੂਰੇ ਪੰਜਾਬ ਭਰ ਤੋਂ, ਕੈਬਨਿਟ ਮੰਤਰੀ ਹੋਣ ਜਾਂ ਫਿਰ ਇਹਨਾਂ ਦੇ MLA ਹੋਣ, ਸਾਰੇ ਜਿਹੜੇ ਇਸ ਪ੍ਰਦਰਸ਼ਨ ਦੇ ਵਿੱਚ ਹੁੰਮ ਹਮਾ ਕੇ ਪਹੁੰਚੇ ਨੇ। ਪਹਿਲੀ ਵਾਰ ਹੋਇਆ ਕਿ ਆਜ਼ਾਦ ਭਾਰਤ ਦੇ ਵਿੱਚ ਕਿਸੇ ਸਿਟਿੰਗ ਮੁੱਖ ਮੰਤਰੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੋਵੇ, ਕਿ ਅੱਜ ਤੱਕ ਹੁਣ ਤੱਕ ਕਿਸੇ ਵੀ ਜਿਹੜਾ ਸਿਟਿੰਗ ਮੁੱਖ ਮੰਤਰੀ ਦੀ ਇਸ ਤਰ੍ਹਾਂ ਜਿਹੜੀ ਆ ਗ੍ਰਿਫਤਾਰੀ ਨਹੀਂ ਹੋਈ ਹੈਗੀ। ਮੈਂ ਤਾਂ ਇੱਕੋ ਗੱਲ ਕਹੂੰਗਾ, ਜਦੋਂ ਦਾ ਭਾਰਤ ਦੇਸ਼ ਆਜ਼ਾਦ ਹੋਇਆ, ਆਜ਼ਾਦ ਦੇਸ਼ ਦੇ ਵਿੱਚ ਪਹਿਲੀ ਵਾਰ ਆਇਆ ਕਿ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਉਹਨੂੰ ਫੜ ਕੇ ਜੇਲ੍ਹ 'ਚ ਬੰਦ ਕਰਤਾ ਜੀ। ਲੋਕ ਸਿਆਣੇ ਨੇ, ਸਭ ਪਤਾ ਉਹਨਾਂ ਨੂੰ। ਹੁਣ ਕੀ ਦੇਖਦੇ ਹੋ ਅੱਗੇ ਲੋਕ ਸਭਾ ਚੋਣਾਂ ਦਾ ਐਲਾਨ ਹੋ ਗਿਆ ਅਤੇ ਤੁਹਾਨੂੰ ਲੱਗਦਾ ਕਿ ਗ੍ਰਿਫਤਾਰੀ, ਉਹ ਕਹਿੰਦੇ ਬੀਜੇਪੀ ਵਾਲੇ ਕਾਊਂਟਰ ਅਟੈਕ ਕਰ ਰਹੇ ਨੇ, ਕਹਿੰਦੇ ਪੂਰੇ ਸਬੂਤਾਂ ਤਹਿਤ ਈਡੀ ਨੇ ਫੜਿਆ। ਦੇਸ਼ 'ਚ ਬੜਾ ਕੁਛ ਹੋਇਆ ਪਹਿਲਾਂ ਜੀ, ਬਹੁਤ ਵੱਡੇ ਵੱਡੇ ਘਪਲੇ ਨੇ ਜੀ, ਉਹ ਕਿੱਥੇ ਆ ਮਾਮਲੇ ਸਾਰੇ, ਉਹ ਬੰਦ ਪਏ ਨੇ ਸਾਰੇ ਜੀ, ਇਹ ਇਲੈਕਸ਼ਨ ਕਰਕੇ ਹੀ ਸਾਰਾ ਕੁਛ। ਤੇ ਤੁਹਾਨੂੰ ਲੱਗਦਾ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਨੂੰ ਨੁਕਸਾਨ ਹੁੰਦਾ ਪਰ ਆਮ ਆਦਮੀ ਪਾਰਟੀ? ਇਹ ਲੋਕ ਦੱਸਣਗੇ, ਲੋਕਤੰਤਰ 'ਚ ਲੋਕ ਵੱਡੇ ਹੁੰਦੇ ਆ, ਲੋਕਾਂ ਨੇ ਫੈਸਲਾ ਕਰਨਾ। ਜਿਸ ਤਰ੍ਹਾਂ ਇਕੱਠ ਤੁਸੀਂ ਦੇਖਦੇ ਹੋ ਆਹ ਵਰਕਰ ਆਏ ਨੇ, ਕੀ ਤੁਹਾਨੂੰ ਮੈਸੇਜ ਲੱਗਦਾ ਇਹਦੇ ਵਿੱਚ? ਦੇਖੋ, ਵਲੰਟੀਅਰ ਦੇ ਵਿੱਚ ਰੋਸ ਹੈ ਇਸ ਗੱਲ ਦਾ ਜੀ, ਵਲੰਟੀਅਰ ਦੁਖੀ ਨੇ ਸਾਰੇ, ਇਸ ਕਰਕੇ ਆਪਣੇ ਪ੍ਰੋਟੈਸਟ ਕਰ ਰਹੇ ਨੇ, ਇਸ ਕਰਕੇ ਪ੍ਰੋਟੈਸਟ ਕਰ ਰਹੇ ਜੀ। ਬਿਲਕੁਲ, ਇਹ ਮਾਨ ਜੀ ਸਪਸ਼ਟ ਤੌਰ 'ਤੇ ਕਹਿੰਦੇ ਲੋਕਾਂ ਦੇ ਵਿੱਚ ਰੋਸ ਆ, ਵਲੰਟੀਅਰ ਨੇ, ਇਹਨਾਂ ਰੋਸ ਕਰਕੇ ਅੱਜ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਰਕਰ ਨੇ ਉਹ ਪਹੁੰਚੇ ਨੇ, ਜਿੱਥੇ ਤੱਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਜਿਹੜਾ ਹੁਣ ਪੈਦਲ ਮਾਰਚ ਆ ਜਿਹੜਾ ਚੰਡੀਗੜ੍ਹ ਨੂੰ ਜਿਹੜਾ ਕੂਚ ਆ ਜਿਹੜਾ ਉਹ ਤੁਰ ਰਿਹਾ ਹੈ ਅਤੇ ਵਿਰੋਧ ਸਪਸ਼ਟ ਤੌਰ 'ਤੇ ਜਿਹੜਾ ਗ੍ਰਿਫਤਾਰੀ ਦਾ ਕੀਤਾ ਜਾ ਰਿਹਾ। ਜਿਸ ਤਰ੍ਹਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਅੱਜ ਵਲੰਟੀਅਰ ਪੂਰੇ ਪੰਜਾਬ ਭਰ ਤੋਂ, ਕੈਬਨਿਟ ਮੰਤਰੀ ਹੋਣ ਜਾਂ ਫਿਰ ਇਹਨਾਂ ਦੇ MLA ਹੋਣ, ਸਾਰੇ ਜਿਹੜੇ ਇਸ ਪ੍ਰਦਰਸ਼ਨ ਦੇ ਵਿੱਚ ਹੁੰਮ ਹਮਾ ਕੇ ਪਹੁੰਚੇ ਨੇ। ਪਹਿਲੀ ਵਾਰ ਹੋਇਆ ਕਿ ਆਜ਼ਾਦ ਭਾਰਤ ਦੇ ਵਿੱਚ ਕਿਸੇ ਸਿਟਿੰਗ ਮੁੱਖ ਮੰਤਰੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੋਵੇ, ਕਿ ਅੱਜ ਤੱਕ ਹੁਣ ਤੱਕ ਕਿਸੇ ਵੀ ਜਿਹੜਾ ਸਿਟਿੰਗ ਮੁੱਖ ਮੰਤਰੀ ਦੀ ਇਸ ਤਰ੍ਹਾਂ ਜਿਹੜੀ ਆ ਗ੍ਰਿਫਤਾਰੀ ਨਹੀਂ ਹੋਈ ਹੈਗੀ।